ਕੁਛ ਸਿੱਖ ਲੋਕ ਮੰਦਿਰ ਦੇ ਵਿੱਚ ਗਏ ਨੇ ਤੇ ਮੰਦਿਰ ਦੇ ਅੰਦਰ ਜਾਣ ਤੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ। ਕਿਉਂ ਰੋਕ ਦਿੱਤਾ ਗਿਆ ਹੈ ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ। ਖੈਰ ਪਹਿਲਾਂ ਤੇ ਆਪਾਂ ਵੀਡੀਓ ਦੇਖ ਲੈਂਦੇ ਹਾਂ, ਫਿਰ ਕਰਦੇ ਹਾਂ ਗੱਲਬਾਤ। ਗੋ ਅੱਜ ਅਸੀਂ ਕੇਰਲਾ ਵਿੱਚ ਵਿਸ਼ਨੂੰ ਭਗਵਾਨ ਦੇ ਮੰਦਿਰ ਦੇ ਬਾਹਰ ਖੜੇ ਹਾਂ, ਤ੍ਰਿਵੇਂਦਰਮ। ਤੇ ਜਦੋਂ ਅਸੀਂ ਇੱਥੇ ਮੰਦਿਰ ਚ ਆਏ, ਬੜੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਸੀ। ਸਵੇਰੇ 4 ਵਜੇ ਅਸੀਂ ਉੱਥੋਂ ਹੋਟਲ ਤੋਂ ਉੱਠੇ, ਬੱਸ ਫੜੀ ਤੇ 12:30 ਵਜੇ ਸਾਡੀ ਫਲਾਈਟ ਹੈ। ਅਸੀਂ ਫਲਾਈਟ ਤੋਂ ਪਹਿਲਾਂ ਸੋਚਿਆ ਕਿ ਇਸ ਮੰਦਿਰ ਚ ਮੱਥਾ ਟੇਕ ਕੇ ਚੱਲੀਏ। ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਥੇ 2900 ਕਰੋੜ ਰੁਪਈਆ, ਇਹ ਉਹ ਮੰਦਿਰ ਹੈ ਜਿੱਥੋਂ 2900 ਕਰੋੜ ਰੁਪਈਆ ਮਿਲਿਆ ਸੀ ਸਰਕਾਰ ਨੂੰ। ਤੇ ਅਸੀਂ 2-4 ਬੰਦਿਆਂ ਨੇ ਟਰਬਨਾਂ ਬੰਨੀਆਂ ਹੋਈਆਂ ਸੀਗੀਆਂ ਸਰਦਾਰ ਭਾਈਚਾਰੇ ਚ, ਤੇ ਸਾਨੂੰ ਜਦੋਂ ਅਸੀਂ ਅੱਗੇ ਆਏ ਧੋਤੀਆਂ ਖਰੀਦੀਆਂ, ਅਸੀਂ ਧੋਤੀਆਂ ਖਰੀਦਣ ਤੋਂ ਬਾਅਦ ਬੜੀ ਸ਼ਰਧਾ ਨਾਲ ਅਸੀਂ ਅੰਦਰ ਮੱਥਾ ਟੇਕਣ ਜਾ ਰਹੇ ਸੀ, ਤਾਂ ਸਾਨੂੰ ਸਿਕਿਉਰਿਟੀ ਗਾਰਡਾਂ ਨੇ ਰੋਕ ਲਿਆ ਕਿ ਤੁਸੀਂ ਅੰਦਰ ਮੱਥਾ ਟੇਕਣ ਨਹੀਂ ਜਾ ਸਕਦੇ। ਅਸੀਂ ਪੁੱਛਿਆ ਵੀ ਸਾਡੇ ਨਾਲ ਦੇ ਤਾਂ ਅੰਦਰ ਚਲ ਗਏ, ਸਾਨੂੰ ਕਿਉਂ ਰੋਕ ਲਿਆ? ਕਹਿੰਦੇ ਤੁਸੀਂ ਪੱਗਾਂ ਬੰਨੀਆਂ ਹੋਈਆਂ ਤੇ ਪੱਗਾਂ ਚ ਸਰਦਾਰ ਬੰਦਾ ਨੋਟ ਅਲਾਊਡ ਅੰਦਰ। ਤੇ ਅਸੀਂ ਧੋਤੀਆਂ ਖਰੀਦੀਆਂ, ਆ ਭਾਈ ਸਾਹਿਬ ਸਾਡੇ ਨਾਲ ਆਏ, ਇਹ ਸਾਨੂੰ ਉਹਨਾਂ ਨੇ ਰੋਕਿਆ ਤੇ ਇਹਨਾਂ ਦੀ ਵੀ ਧਰਮ ਨੂੰ ਬੜੀ ਠੇਸ ਲੱਗੀ। ਇਹ ਵੀ ਸਾਡੇ ਨਾਲ ਬਾਹਰ ਰੁਕੇ ਕਿ ਅਸੀਂ ਅੰਦਰ ਮੱਥਾ ਟੇਕਣ ਨਹੀਂ ਜਾਣਾ ਜੇ ਤੁਹਾਨੂੰ ਵੀ ਰੋਕ ਲਿਆ ਜਾਣ ਵਾਸਤੇ ਅੰਦਰ। ਅਸੀਂ ਤਾਂ 3-3 ਧੋਤੀਆਂ ਲੈ ਕੇ ਬੈਠੇ ਹੀ ਆ, ਦੇਖੋ ਆ ਦੇਖੋ, ਇਹਨਾਂ ਨੇ 3-3 ਧੋਤੀਆਂ ਲਈਆਂ ਸਾਡੇ ਵੀਰ ਨਾਲ ਖੜੇ, ਤੇ ਅਸੀਂ ਸਾਡਾ ਮਨ ਬੜਾ ਦੁਖੀ ਹੋਇਆ ਕਿ ਦੱਸੋ। ਤੇ ਅਸੀਂ ਜਦੋਂ ਕੱਪੜਾ ਲਿਆ ਅਸੀਂ ਤੁਰ ਪਏ ਅੰਦਰ ਜਾਣ ਵਾਸਤੇ, ਤੇ ਇੱਕ ਇਸ ਮੰਦਿਰ ਦੀ ਹੋਰ ਪ੍ਰਥਾ ਹੈ, ਪੂਰੇ ਮਤਲਬ ਸਰੀਰ ਤੇ ਕੋਈ ਕੱਪੜਾ ਨਹੀਂ ਹੋਣਾ ਚਾਹੀਦਾ, ਸਿਰਫ ਇੱਕ ਧੋਤੀ ਪਾ ਕੇ ਬੰਦਾ ਮੱਥਾ ਟੇਕਣ ਜਾ ਸਕਦਾ, ਏਦਾਂ ਨਹੀਂ, ਸਿਰਫ ਇੱਕ ਧੋਤੀ ਪਾ ਕੇ। ਤੇ ਸਾਡੇ ਸਿੱਖ ਧਰਮ ਦਾ ਸੁਪਰੀਮ ਕੋਰਟ ਦਰਬਾਰ ਸਾਹਿਬ, ਜਿੱਥੇ ਬੰਦਾ ਕੋਈ ਗੁਰਦੁਆਰਾ ਸਾਹਿਬ ਦੇ 4 ਦਰਵਾਜੇ, ਕੋਈ ਵੀ ਕਿਸੇ ਟਾਈਮ ਕਿਸੇ ਵੀ ਤਰ੍ਹਾਂ ਆ ਸਕਦਾ ਹੈ, ਕਿਸੇ ਵੀ ਕਿਸੇ ਨੂੰ ਰੋਕ ਨਹੀਂ ਹੈਗੀ ਉੱਥੇ, ਤੇ ਕਿਸੇ ਧਰਮ ਦਾ ਹੀ ਬੰਦਾ ਜਿਵੇਂ ਮਰਜ਼ੀ ਉੱਥੇ ਮੱਥਾ ਟੇਕੇ, ਲੰਗਰ ਛਕੇ, ਕਰੋੜਾਂ ਅਰਬਾਂ ਦਾ ਉੱਥੇ ਲੰਗਰ ਚੱਲਦਾ ਏ। ਸਿੱਖ ਧਰਮ ਵਿੱਚ ਇਹੋ ਜਿਹੀ ਕੋਈ ਮਨਾਹੀ ਨਹੀਂ ਹੈ, ਇਹ ਕਿਤੇ ਹੋਣੀ ਨਹੀਂ ਚਾਹੀਦੀ, ਵਾਹਿਗੁਰੂ ਦੀ ਕਿਰਪਾ ਏ, ਕਿਤੇ ਵੀ ਨਹੀਂ ਹੋਣੀ ਚਾਹੀਦੀ, ਇਹ ਜਿਹੜੀ ਇਹ ਕਿਤੇ ਵੀ ਪਰਮਾਤਮਾ ਇੱਕੋ ਹੀ ਹੈ ਸਾਰਾ, ਪਰਮਾਤਮਾ ਇੱਕੋ ਹੀ ਹੈ। ਇਹੋ ਜਿਹੀ ਜਿਹੜੀਆਂ ਇਹ ਲੋਕ ਅਖਵਾਵਾਂ ਉਠਾਉਂਦੇ ਆ ਮੰਦਰਾਂ ਚ ਵੀ ਤੁਸੀਂ ਪੱਗ ਨਹੀਂ ਬੰਨ ਸਕਦੇ, ਨੰਗੇ ਸਿਰ ਬੰਦਿਆਂ ਨੂੰ ਜਾਣਾ ਪੈਂਦਾ ਏ, ਕੋਈ ਬਦਨ ਤੇ ਕੱਪੜਾ ਵੀ ਨਹੀਂ ਹੁੰਦਾ, ਸਿਰਫ ਇੱਕ ਧੋਤੀ ਦੇ। ਜੇ ਤੁਸੀਂ ਸਾਡੀ ਗੱਲ ਝੂਠ ਮੰਨਦੇ ਆ ਵੀ ਅਸੀਂ ਕੋਈ ਝੂਠ ਬੋਲ ਰਹੇ, ਆ ਦੇਖੋ ਮੇਰੇ ਪਿੱਛੇ ਉਹ ਬੰਦੇ ਖੜੇ ਆ, ਉਹਨਾਂ ਦੇ ਉਹਨਾਂ ਨੇ ਸਿਰਫ ਧੋਤੀਆਂ ਹੀ ਪਾਈਆਂ ਹੋਈਆਂ, ਹੋਰ ਕੁਛ ਵੀ ਨਹੀਂ ਹੈ। ਮੈਂ ਤੁਹਾਨੂੰ ਥੋੜਾ ਜਿਹਾ ਨੇੜੇ ਜਾ ਕੇ ਦਿਖਾਉਂਦਾ ਏ, ਇਹ ਦੇਖੋ ਇਹਨਾਂ ਦੀ ਕੋਈ ਪ੍ਰਥਾ ਏ ਆਪਣੀ, ਵੀ ਉਹ ਤੁਹਾਨੂੰ ਮੈਂ ਦਿਖਾਉਂਦਾ ਆਪਣੀ। ਸਾਨੂੰ ਦੁੱਖ ਦੀ ਗੱਲ ਇਹ ਹੈ ਕਿ ਸਾਨੂੰ ਇਹਨਾਂ ਨੇ ਸਿਰਫ ਇੱਕ ਪੱਗਾਂ ਕਰਕੇ ਰੋਕਿਆ, ਅਸੀਂ ਬੜਾ ਸਾਡੇ ਮਨ ਨੂੰ ਠੇਸ ਪਹੁੰਚੀ, ਬੜੀ ਸ਼ਰਧਾ ਨਾਲ ਅਸੀਂ ਮੱਥਾ ਟੇਕਣ ਆਏ ਸੀ ਅਤੇ ਸਵੇਰੇ 4 ਵਜੇ ਦੇ ਉੱਠ ਕੇ। ਆ ਦੇਖੋ ਜੀ ਇਹ ਮੰਦਿਰ ਹੈ, ਉਹ ਦੇਖੋ ਜੀ ਬੰਦੇ ਜਾ ਰਹੇ, ਸਿਰਫ ਕੱਪੜੇ ਬਾਹਰ ਉਤਾਰ ਕੇ ਤੇ ਕੱਪੜੇ ਉਤਾਰਨ ਤੋਂ ਬਾਅਦ ਬੰਦੇ ਜਾ ਰਹੇ। ਸਾਡਾ ਲਾਈਵ ਹੋਣ ਦਾ ਇੱਕੋ ਮਤਲਬ ਆ ਵੀ ਜਿੱਦਾਂ ਸਿੱਖ ਧਰਮ ਵਿੱਚ ਕਿਸੇ ਵੀ ਧਰਮ ਨੂੰ ਸਭ ਨੂੰ ਅਲਾਊਡ ਦਿੱਤਾ ਗਿਆ ਹੈ, ਇਸ ਮੰਦਿਰ ਦੇ ਵਿੱਚ ਵੀ ਸਰਦਾਰਾਂ ਨੂੰ ਅਲਾਊਡ ਦਿੱਤਾ ਜਾਵੇ। ਤੇ ਚਲੋ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਸਿੱਖ ਲੋਕ ਮੰਦਿਰ ਦੇ ਵਿੱਚ ਦਰਸ਼ਨ ਕਰਨ ਜਾਂਦੇ ਨੇ,
ਤੇ ਉਹਨਾਂ ਨੂੰ ਮੰਦਿਰ ਦੇ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਆਖਿਆ ਇਹ ਜਾਂਦਾ ਹੈ ਕਿ ਤੁਸੀਂ ਸਿਰ ਦੇ ਉੱਤੇ ਪੱਗ ਪਾਈ ਹੈ ਤੇ ਪੱਗ ਪਾ ਕੇ ਤੁਸੀਂ ਮੰਦਿਰ ਦੇ ਅੰਦਰ ਦਾਖਲ ਨਹੀਂ ਹੋ ਸਕਦੇ, ਸਿੱਖਾਂ ਦਾ ਮੰਦਿਰ ਦੇ ਅੰਦਰ ਆਉਣਾ ਮਨਾ। ਦੇਖੋ ਜੀ, ਬਹੁਤ ਹੀ ਗਲਤ ਗੱਲ ਹੈ। ਤੁਸੀਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਦੇਖਿਆ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਕਿਸੇ ਵੀ ਧਰਮ ਦਾ ਬੰਦਾ ਜਿਹੜਾ ਉਹ ਜਾ ਸਕਦਾ ਹੈ, ਜਾ ਕੇ ਅੰਦਰ ਲੰਗਰ ਛਕ ਸਕਦਾ ਹੈ, ਆਪਣੀ ਇਬਾਦਤ ਕਰ ਸਕਦਾ ਹੈ। ਪਿਛਲੇ ਦਿਨੋਂ ਕੁਝ ਮੁਸਲਮਾਨ ਜਿਹੜੇ ਨੇ ਉਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਗਏ ਤੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਮੁਸਲਮਾਨਾਂ ਨੇ ਅਜ਼ਾਨ ਦਿੱਤੀ, ਅਜ਼ਾਨ ਦੇ ਕੇ ਉੱਥੇ ਨਮਾਜ਼ ਪੜ੍ਹੀ। ਉਸ ਤੋਂ ਇਲਾਵਾ ਮੁਸਲਮਾਨ ਰਮਜ਼ਾਨ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾ ਕੇ ਅਜ਼ਾਨਾਂ ਦਿੰਦੇ ਨੇ, ਰੋਜ਼ੇ ਖੋਲਦੇ ਨੇ। ਦੇਖੋ ਜੀ, ਹਿੰਦੂ ਲੋਕ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਲੰਗਰ ਛਕਦੇ ਨੇ, ਆਪਣੀ ਇਬਾਦਤ ਕਰਦੇ ਨੇ। ਫਿਰ ਜਿਹੜੇ ਸਿੱਖ ਲੋਕ ਆ, ਅਗਰ ਮੰਦਿਰ ਦੇ ਵਿੱਚ ਜਾਣ ਤੇ ਉਹਨਾਂ ਨੂੰ ਰੋਕ ਦਿੱਤਾ ਜਾਵੇ ਤੇ ਬੜੇ ਦੁੱਖ ਵਾਲੀ ਗੱਲ ਹੈ, ਬੜੇ ਅਫਸੋਸ ਵਾਲੀ ਗੱਲ ਹੈ। ਬਾਕੀ ਇੱਕ ਉੱਥੇ ਪੋਜ਼ਿਟਿਵ ਚੀਜ਼ ਵੀ ਦੇਖਣ ਨੂੰ ਮਿਲੀ ਹੈ। ਪੋਜ਼ਿਟਿਵ ਚੀਜ਼ ਇਹ ਦੇਖਣ ਨੂੰ ਮਿਲੀ ਹੈ ਕਿ ਜਿਹੜੇ ਹਿੰਦੂ ਲੋਕ ਉੱਥੇ ਖੜੇ ਇਹ ਸਾਰਾ ਮਾਜਰਾ ਦੇਖ ਰਹੇ ਸੀ, ਉਹ ਵੀ ਸਿੱਖ ਭਰਾਵਾਂ ਦੇ ਨਾਲ ਖੜੇ ਹੋ ਗਏ ਕਿ ਅਗਰ ਸਿੱਖ ਅੰਦਰ ਨਹੀਂ ਜਾਣਗੇ ਤੇ ਅਸੀਂ ਵੀ ਨਹੀਂ ਜਾਵਾਂਗੇ। ਉਹਨਾਂ ਨੇ ਵੀ ਆਖਿਆ ਕਿ ਜਿਹੜੇ ਸਿੱਖ ਲੋਕ ਆ, ਇਹਨਾਂ ਨਾਲ ਧੱਕਾ ਕੀਤਾ ਗਿਆ, ਨਾ ਇਨਸਾਫੀ ਕੀਤੀ ਗਈ ਆ। ਅਗਰ ਅਸੀਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾ ਸਕਦੇ ਹਾਂ, ਕਿਤੇ ਸਿੱਖ ਲੋਕ ਮੰਦਿਰ ਦੇ ਵਿੱਚ ਕਿਉਂ ਨਹੀਂ ਜਾ ਸਕਦੇ? ਸਿੱਖ ਲੋਕ ਜਿਹੜੀ ਆਪਣੀ ਤਰਬਨ ਹੈ, ਆਪਣੀ ਜਿਹੜੀ ਪੱਗ ਹੈ, ਉਹਨੂੰ ਦਿਲ ਜਾਨ ਤੋਂ ਪਿਆਰ ਕਰਦੇ ਨੇ। ਸਿੱਖ ਗੁਰੂਆਂ ਨੇ ਉਹਨਾਂ ਨੂੰ ਆਖਿਆ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਹੈ ਇਸ ਸਿੱਖਾਂ ਨੂੰ ਪੱਗ ਜਿਹੜੀ ਹੈ ਬਖਸ਼ੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਵਾਸਤੇ ਆਪਣਾ ਅਸੀਸ ਕੁਰਬਾਨ ਕਰ ਦਿੱਤਾ। ਅੱਜ ਉਸੇ ਸਿੱਖ ਧਰਮ ਨੂੰ ਮੰਦਿਰਾਂ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਬਹੁਤ ਗਲਤ ਗੱਲ ਹੈ। ਜਿਹੜੇ ਸਿੱਖ ਲੋਕ ਹੈ, ਉਹਨਾਂ ਨੂੰ ਮੰਦਿਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਉਹਨਾਂ ਨੂੰ ਪੱਗ ਦਾ ਕਰਕੇ ਨਾ ਰੋਕਿਆ ਜਾਵੇ, ਕਿਉਂਕਿ ਜਿੰਨੀਆਂ ਜ਼ਿਆਦਾ ਕੁਰਬਾਨੀਆਂ ਸਿੱਖਾਂ ਸਰਦਾਰਾਂ ਨੇ, ਸਿੱਖ ਗੁਰੂਆਂ ਨੇ ਹਿੰਦੂ ਧਰਮ ਵਾਸਤੇ ਦਿੱਤੀਆਂ, ਇੰਨੀਆਂ ਕੁਰਬਾਨੀਆਂ ਕਿਸੇ ਹੋਰ ਨੇ ਨਹੀਂ ਦਿੱਤੀਆਂ, ਤੋ ਉਹਨਾਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇ ਤੇ ਜਿਹੜੇ ਸਿੱਖ ਲੋਕ ਮੰਦਿਰਾਂ ਦੇ ਵਿੱਚ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਮੰਦਿਰਾਂ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਖੈਰ, ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪਣੇ ਵੀਰਾਂ ਨੂੰ ਦੱਸ ਦਿੱਤਾ, ਜੋ ਮੇਰੇ ਵੀਰਾਂ ਨੂੰ ਲੱਗਦਾ ਹੈ ਉਹ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣ। ਤੇ ਇਹ ਸੀ ਮੇਰੀ ਅੱਜ ਦੀ ਵੀਡੀਓ, ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰੱਖਾ।